ਇੰਡੀਆ ਨਿਊਜ਼। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਕਰਨ ਔਜਲਾ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ। ਸੋ ਮੋਹਾਲੀ ਪੁਲਿਸ ਨੇ ਨੋਟਿਸ ਜਾਰੀ ਕੀਤਾ। ਕਰਨ ਔਜਲਾ ਦੀ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਸੀ ਮੋਹਾਲੀ ਦੀਆਂ ਸੜਕਾਂ 'ਤੇ ਖੌਰੂ ਪਾਉਂਦੇ ਦੀ ਵੀਡੀਓ, ਜਿਸ ਨੂੰ ਲੈ ਕੇ ਹੁਣ ਮੋਹਾਲੀ ਪੁਲਿਸ ਨੇ ਨੋਟਿਸ ਜਾਰੀ ਕੀਤਾ ਕਰਨ ਔਜਲਾ ਨੂੰ। ਸੋ ਵੱਡੀ ਖਬਰ ਇਸ ਵੇਲੇ ਦੀ ਲਗਾਤਾਰ ਤੁਹਾਨੂੰ ਦੱਸ ਰਿਹਾ, ਪੰਜਾਬੀ ਗਾਇਕ ਕਰਨ ਔਜਲਾ ਨੂੰ ਮੋਹਾਲੀ ਪੁਲਿਸ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ। ਕੱਲ੍ਹ ਇਹ ਤਸਵੀਰਾਂ ਸਾਹਮਣੇ ਆਈਆਂ ਸੀ ਕਿਵੇਂ ਮੋਹਾਲੀ ਦੀਆਂ ਸੜਕਾਂ 'ਤੇ ਅਲੀ ਮਾਂਗੜ ਤੋਂ ਬਾਅਦ ਕਰਨ ਔਜਲਾ ਆਪਣੇ ਸਮਰਥਕਾਂ ਦੇ ਨਾਲ ਸੜਕਾਂ 'ਤੇ ਖੋਰੂ ਪਾਉਂਦੇ ਨਜ਼ਰ ਆਏ, ਅਤੇ ਹੁਣ ਇਸ ਪੂਰੇ ਮਾਮਲੇ ਨੂੰ ਨੋਟਿਸ 'ਚ ਲੈਂਦੇ ਹੋਏ ਕਰਨ ਔਜਲਾ ਨੂੰ ਨੋਟਿਸ ਜਾਰੀ ਕੀਤਾ ਗਿਆ। ਸੋ ਵੀਡੀਓ ਵਿੱਚ ਔਜਲਾ ਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ, ਜੋ ਤਸਵੀਰਾਂ ਸਾਹਮਣੇ ਆਈਆਂ ਸੀ ਉਸ ਤੋਂ ਬਾਅਦ ਕਰਨ ਔਜਲਾ ਨੂੰ ਅੱਜ ਨੋਟਿਸ ਜਾਰੀ ਕੀਤਾ ਗਿਆ ਮੋਹਾਲੀ ਪੁਲਿਸ ਵੱਲੋਂ। ਵੱਡੀ ਖਬਰ ਲਗਾਤਾਰ ਤੁਹਾਨੂੰ ਦੱਸ ਰਿਹਾ ਕਿ ਕਰਨ ਔਜਲਾ ਨੂੰ ਨੋਟਿਸ ਜਾਰੀ ਕੀਤਾ ਗਿਆ। ਇਸ ਵੇਲੇ ਦੀ ਵੱਡੀ ਖਬਰ, ਕਰਨ ਔਜਲਾ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਗਿਆ। ਮੋਹਾਲੀ ਦੀਆਂ ਸੜਕਾਂ 'ਤੇ ਆਪਣੇ ਫੈਨਸ, ਆਪਣੇ ਦੋਸਤਾਂ ਦੇ ਨਾਲ ਕਰਨ ਔਜਲਾ, ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਹੁੜਦੰਗ, ਕਿਵੇਂ ਖੋਰੂ ਪਾਉਂਦੇ ਨਜ਼ਰ ਆਏ, ਅਤੇ ਹੁਣ ਮੋਹਾਲੀ ਪੁਲਿਸ ਨੇ ਮਾਮਲੇ ਨੂੰ ਨੋਟਿਸ 'ਚ ਲੈਂਦੇ ਹੋਏ ਕਰਨ ਔਜਲਾ ਨੂੰ ਨੋਟਿਸ ਜਾਰੀ ਕੀਤਾ। ਵੱਡੀ ਖਬਰ ਇਸ ਵੇਲੇ ਦੀ ਲਗਾਤਾਰ ਤੁਹਾਨੂੰ ਦੱਸ ਰਿਹਾ, ਕਰਨ ਔਜਲਾ ਨੂੰ ਨੋਟਿਸ ਜਾਰੀ ਕੀਤਾ ਗਿਆ। ਇਸ ਵੇਲੇ ਦੀ ਵੱਡੀ ਖਬਰ, ਪੰਜਾਬੀ ਗਾਇਕ ਕਰਨ ਔਜਲਾ ਨੂੰ ਮੋਹਾਲੀ ਪੁਲਿਸ ਨੇ ਨੋਟਿਸ ਜਾਰੀ ਕੀਤਾ। ਕਰਨ ਔਜਲਾ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਨੂੰ ਲੈ ਕੇ ਇਹ ਨੋਟਿਸ ਜਾਰੀ ਕੀਤਾ ਗਿਆ। ਪੰਜਾਬੀ ਗਾਇਕ ਕਰਨ ਔਜਲਾ ਨੂੰ ਨੋਟਿਸ ਜਾਰੀ ਹੋਇਆ ਹੈ। ਅੰਕੁਸ਼ ਕੋਹਲੀ ਸਾਡੇ ਪੱਤਰਕਾਰ ਇਸ ਵੇਲੇ ਲਾਈਵ ਸਾਡੇ ਨਾਲ ਮੋਹਾਲੀ ਤੋਂ ਜੁੜੇ ਨੇ। ਅੰਕੁਸ਼, ਕੀ ਜਾਣਕਾਰੀ ਇਸ ਬਾਰੇ? ਜੀ ਬਿਲਕੁਲ, ਦੱਸ ਦਈਏ ਕਿ ਕਰਨ ਔਜਲਾ ਦੀ ਗੱਲ ਕੀਤੀ ਜਾਵੇ ਤਾਂ ਉਹ ਕੱਲ੍ਹ ਉਹਨਾਂ ਦੀ ਇੱਥੇ ਫਲਾਈਟ ਲੈਂਡ ਹੋਈ ਚੰਡੀਗੜ੍ਹ ਏਅਰਪੋਰਟ 'ਤੇ, ਅਤੇ ਦੁਪਹਿਰ ਦਾ ਸਮਾਂ ਸੀ। ਉਸ ਤੋਂ ਬਾਅਦ ਜਿਵੇਂ ਹੀ ਉਹ ਏਅਰਪੋਰਟ ਤੋਂ ਨਿਕਲਦੇ ਨੇ, ਸੜਕ 'ਤੇ ਨਿਕਲਦੇ ਨੇ, ਅਤੇ ਉਹਨਾਂ ਦੇ ਜਿਹੜੇ ਫੈਨਸ ਨੇ ਉਹ ਉਹਨਾਂ ਨੂੰ ਫੋਲੋ ਕਰਨਾ ਸਟਾਰਟ ਕਰ ਦਿੰਦੇ ਆ ਗੱਡੀਆਂ ਦੇ ਵਿੱਚ, ਅਤੇ ਉਹ ਗੱਡੀਆਂ ਦੀ ਫੈਨਸ ਦੀ ਇੱਕ ਲੰਬੀ ਕਤਾਰ ਹੋ ਜਾਂਦੀ ਹੈ। ਅਤੇ ਗੱਲ ਕੀਤੀ ਜਾਵੇ ਕਰਨ ਔਜਲਾ ਓਪਨ ਏਅਰ ਆਪਣੀ ਜਿਹੜੀ ਰੂਫ ਹੁੰਦੀ ਹੈ, ਰੂਫ ਖੋਲ੍ਹ ਲੈਂਦੇ ਆਪਣੀ ਗੱਡੀ ਦਾ, ਔਰ ਮੋਬਾਈਲ ਨਾਲ ਸਟਾਰਟ ਕਰ ਦਿੰਦੇ ਨੇ ਵੀਡੀਓ ਬਣਾਉਣੀ, ਔਰ ਆਪਣੇ ਜਿਹੜੇ ਫੈਨਸ ਨੇ ਉਹਨਾਂ ਨੂੰ ਉਕਸਾਉਂਦੇ ਹੋਏ ਦਿਖਦੇ ਨੇ ਸ਼ੋਰ ਸ਼ਰਾਬਾ ਕਰਨ ਲਈ, ਜਿਸ ਕਰਕੇ ਪੂਰਾ ਜਿਹੜਾ ਟ੍ਰੈਫਿਕ ਹੈਗਾ ਚੰਡੀਗੜ੍ਹ ਦਾ ਉਹ ਬਾਧਿਤ ਹੁੰਦਾ ਹੈ, ਨਿਊਸੈਂਸ ਹੁੰਦੀ ਹੈ। ਅਤੇ ਇਸ 'ਤੇ ਜਿਹੜਾ ਚੰਡੀਗੜ੍ਹ ਪੁਲਿਸ ਦਾ ਇਸ ਵੇਲੇ ਕਹਿਣਾ ਹੈਗਾ ਹੈ, ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ CCTV ਫੁਟੇਜਿਸ ਦੀ ਜਿਹੜੀ ਹੈਗੀ ਹੈ ਉਸਦੀ ਜਾਂਚ ਕੀਤੀ ਜਾਵੇਗੀ, ਔਰ ਜਿਹੜੀ ਕਾਨੂੰਨੀ ਕਾਰਵਾਈ ਹੈ ਬਣਦੀ ਉਹ ਕੀਤੀ ਜਾਵੇਗੀ ਇਸ ਤੋਂ ਬਾਅਦ। ਪਰ ਸਵਾਲ ਵੱਡਾ ਹੈ ਕਿ ਕਦੋਂ ਤੱਕ ਜੋ ਨੋਟਿਸ ਜਾਰੀ ਕੀਤਾ ਗਿਆ ਉਸ 'ਤੇ ਜਵਾਬ ਵੀ ਮੰਗਿਆ ਹੋਏਗਾ, ਅਤੇ ਕੀ ਜਵਾਬ ਦੇਣ ਦੀ ਮਿਆਦ ਪੁਲਿਸ ਵੱਲੋਂ ਰੱਖੀ ਗਈ ਹੈ ਕਿ ਕਦੋਂ ਤੱਕ ਕਰਨ ਔਜਲਾ ਨੂੰ ਜਾਂ ਤਾਂ ਪੇਸ਼ ਹੋਣਾ ਪਏਗਾ ਜਾਂ ਜਵਾਬ ਦੇਣਾ ਪਏਗਾ? ਜੀ ਬਿਲਕੁਲ, ਇਸ ਤਰ੍ਹਾਂ ਦੀ ਹਜੇ ਕੋਈ ਮਿਆਦ ਨਹੀਂ ਰੱਖੀ ਗਈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ CCTV ਫੁਟੇਜ ਹੈ, ਉਹਨਾਂ ਦੀ ਜਾਂਚ ਪਹਿਲਾਂ ਅੱਛੀ ਤਰ੍ਹਾਂ ਕਰਾਂਗੇ, ਔਰ ਜਿਹੜੀ ਬਣਦੀ ਕਾਰਵਾਈ ਹੈ ਉਹ ਕਰਾਂਗੇ। ਲੇਕਿਨ ਇੱਥੇ ਇੱਕ ਵੱਡੇ ਸਵਾਲ ਪੈਦਾ ਹੁੰਦੇ ਨੇ ਕਿ ਸਿੰਗਰ ਕਦੋਂ ਤੱਕ ਇਸ ਤਰ੍ਹਾਂ ਕਰਦੇ ਰਹਿਣਗੇ। ਪਹਿਲਾਂ ਐਲੀ ਮਾਂਕੜ ਦੀ ਗੱਲ ਆਉਂਦੀ ਹੈ, ਪਹਿਲਾਂ ਉਹਨਾਂ ਦਾ ਵਿਵਾਦ ਆਉਂਦਾ ਹੈ, ਹੁਣ ਫਿਰ ਨਵਾਂ ਵਿਵਾਦ ਆਉਂਦਾ ਹੈ ਜਿਸ ਵੇਲੇ ਉਹ ਆਪਣੇ ਇੱਕ ਫਰੈਂਡ ਦੇ ਪਾਰਟੀ 'ਚ ਗੋਲੀਆਂ ਚਲਾਉਂਦੇ ਨੇ। ਉਸ ਤੋਂ ਬਾਅਦ ਹੁਣ ਕਰਨ ਔਜਲਾ ਦੀ ਵਾਰੀ ਆ ਜਾਂਦੀ ਹੈ। ਕਰਨ ਔਜਲਾ ਆਪਣੇ ਚੰਡੀਗੜ੍ਹ ਟ੍ਰੈਫਿਕ ਜਿਹੜਾ ਸਾਰਾ ਉਹ ਖਰਾਬ ਕਰਦੇ ਨੇ, ਏਅਰਪੋਰਟ ਤੋਂ ਨਿਕਲਦੇ ਨੇ, ਆਪਣੇ ਫੈਨਸ ਨੂੰ ਉਕਸਾਉਂਦੇ ਨੇ ਕਿ ਹੋ ਹੱਲਾ ਕੀਤਾ ਜਾਵੇ, ਹੁੜਦੰਗ ਕੀਤਾ ਜਾਵੇ, ਅਤੇ ਉਹ ਫੈਨਸ ਜਿਹੜੇ ਹੈ ਸੁਭਾਵਿਕ ਤੌਰ 'ਤੇ ਜਿਵੇਂ ਫੈਨਸ ਹੁੰਦੇ ਆ ਉਹ ਮਗਰ ਲਾਈ ਹੋਈ ਸੀ, ਉਹਨਾਂ ਨੇ ਗੱਡੀਆਂ ਲਾਈਆਂ ਹੋਈ ਸੀ ਬਹੁਤ ਜ਼ਿਆਦਾ, ਅਤੇ ਪੂਰਾ ਜਿਹੜਾ ਟ੍ਰੈਫਿਕ ਹੈਗਾ ਉਹ ਬਾਧਿਤ ਹੋ ਜਾਂਦਾ ਹੈ। ਇਸ ਕਰਕੇ ਜਿਹੜਾ ਮਾਮਲਾ ਹੈਗਾ ਔਰ ਵੀਡੀਓ ਜਿਹੜੀ ਬਣਦੀ ਆ ਉਹ ਵਾਇਰਲ ਹੋ ਗਈ, ਔਰ ਜਦ ਵੀਡੀਓ ਵਾਇਰਲ ਹੋ ਗਈ ਤਾਂ ਸਾਰਿਆਂ ਦਾ ਇੱਕ ਸਵਾਲ ਚੁੱਕਿਆ ਕਿ ਸਿੰਗਰ ਕਦੋਂ ਤੱਕ ਇਸ ਤਰ੍ਹਾਂ ਕਰਦੇ ਰਹਿਣਗੇ। ਅਤੇ ਹੁਣ ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈਗਾ ਕਿ ਬਣਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇਗੀ, CCTV ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਜੀ ਨਵਨੀਤ, ਕੁਛ ਸਵਾਲ ਵੱਡਾ ਹੈ ਕਿ ਕੱਲ੍ਹ ਦੀ ਪੂਰੀ ਘਟਨਾ ਜੋ ਜਾਣਕਾਰੀ ਤੁਸੀਂ ਵੀ ਦੇ ਰਹੇ ਹੋ ਕਿ ਜਦੋਂ ਚੰਡੀਗੜ੍ਹ ਏਅਰਪੋਰਟ ਤੋਂ ਬਾਹਰ ਆਏ ਔਰ ਫਿਰ ਮੋਹਾਲੀ ਦੀਆਂ ਸੜਕਾਂ 'ਤੇ ਸਾਰਾ ਕੁਝ ਏਅਰਪੋਰਟ ਰੋਡ ਦੀਆਂ ਔਰ ਬਾਕੀ ਉਹ ਸਾਰਾ ਤਸਵੀਰਾਂ ਦੇ ਵਿੱਚ ਅਸੀਂ ਵੇਖ ਰਹੇ ਹਾਂ, ਸਵਾਲ ਵੱਡਾ ਹੈ ਕਿ ਪੁਲਿਸ ਇਹਨਾਂ ਲੋਕਾਂ 'ਤੇ ਜਾਂ ਪੁਲਿਸ ਅਜਿਹੇ ਮਾਮਲਿਆਂ 'ਤੇ ਐਕਸ਼ਨ ਕਿਉਂ ਨਹੀਂ ਲੈ ਰਹੀ? ਕਿਉਂਕਿ ਲਗਾਤਾਰ ਸਵਾਲ ਜਿਹੜੇ ਨੇ ਉਹ ਮੋਹਾਲੀ ਪੁਲਿਸ 'ਤੇ ਖੜ੍ਹੇ ਹੋ ਰਹੇ ਨੇ,
ਐਲੀ ਮਾਂਗਟ ਦੀ ਘਟਨਾ ਦਾ ਤੁਸੀਂ ਜ਼ਿਕਰ ਕੀਤਾ ਕਿ ਐਲੀ ਮਾਂਗਟ ਕਿਵੇਂ ਇੱਕ ਸਮਾਂ ਉਲੀਕਿਆ ਗਿਆ ਪਿਛਲੇ ਲੰਬੇ ਸਮੇਂ ਤੋਂ ਉਹ ਸੋਸ਼ਲ ਮੀਡੀਆ 'ਤੇ ਚੱਲਦਾ ਰਿਹਾ ਕਿ ਟਾਈਮ ਰੱਖਿਆ ਗਿਆ, ਡੇਟ ਰੱਖੀ ਗਈ, ਉਸ ਜਗ੍ਹਾ ਵੀ ਫਿਕਸ ਕੀਤੀ ਗਈ, ਬਾਵਜੂਦ ਉਸਦੇ ਉੱਥੇ ਜੋ ਕੁਛ ਉਸ ਦਿਨ ਹੋਇਆ ਪੂਰਵਾ ਅਪਾਰਟਮੈਂਟ ਦੇ ਬਾਹਰ, ਉਹਨੇ ਪੁਲਿਸ ਦੇ ਸਵਾਲ ਖੜ੍ਹੇ ਕੀਤੇ ਅਤੇ ਹੁਣ ਇਹ ਘਟਨਾ ਜਿਹੜੀ ਕੱਲ੍ਹ ਦੀ ਹੈ ਉਸਨੇ ਵੀ ਕਿਤੇ ਨਾ ਕਿਤੇ ਪੁਲਿਸ ਦੇ ਸਵਾਲ ਖੜ੍ਹੇ ਕੀਤੇ ਨੇ। ਜੀ ਬਿਲਕੁਲ, ਅਗਰ ਗੱਲ ਕੀਤੀ ਜਾਵੇ ਹੁਣ ਕਰਨ ਔਜਲਾ ਦਾ ਜਿਹੜਾ ਲੇਟੈਸਟ ਕੇਸ ਹੈ, ਤਾਂ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਢਿੱਲ ਕੀਤੀ ਜਾ ਰਹੀ ਹੈ। ਅਗਰ ਕੋਈ ਆਮ ਲੋਕ ਇਸ ਤਰ੍ਹਾਂ ਦਾ ਕਰਨ, ਕਿਉਂਕਿ ਚੰਡੀਗੜ੍ਹ ਪੁਲਿਸ ਹੈ ਚਲਾਨ ਕਰਨ ਲਈ ਬਹੁਤ ਮਸ਼ਹੂਰ ਹੈ, ਸਭ ਜਾਣਦੇ ਨੇ, ਟ੍ਰੈਫਿਕ ਵਿਵਸਥਾ ਬਹੁਤ ਵਧੀਆ ਹੈਗੀ ਹੈ ਚੰਡੀਗੜ੍ਹ 'ਚ, ਕਿਉਂਕਿ ਚਲਾਨ ਹੁੰਦੇ ਨੇ, ਸਟ੍ਰਿਕਨੈਸ ਹੈਗੀ ਹੈ, ਇਹ ਵੀ ਸਭ ਜਾਣਦੇ ਨੇ, ਅਤੇ ਉਹ ਸਟ੍ਰਿਕਨੈਸ ਸਿਰਫ ਆਮ ਜਨਤਾ ਦੇ ਲਈ ਹੀ ਕਿਉਂ, ਉਹ ਸਿੰਗਰਸ ਦੇ ਲਈ ਕਿਉਂ ਨਹੀਂ, ਇਹ ਵੱਡੇ ਸਵਾਲ ਪੈਦਾ ਹੁੰਦੇ ਨੇ। ਜੀ ਬਿਲਕੁਲ, ਬਹੁਤ ਵਧੀਆ ਸਵਾਲ ਕੀਤਾ ਤੁਸੀਂ, ਅਤੇ ਜਿਵੇਂ ਹੁਣ ਕੱਲ੍ਹ ਉਹਨਾਂ ਨੇ ਹੁੜਦੰਗ ਮਚਾਇਆ ਹੈ, ਫੈਨਸ ਨੂੰ ਉਕਸਾਇਆ ਹੈ, ਪੂਰਾ ਟ੍ਰੈਫਿਕ ਬਾਧਿਤ ਕੀਤਾ ਹੈ, ਅਤੇ ਕੱਲ੍ਹ ਦੇ ਕੱਲ੍ਹ ਹੀ ਕਾਰਵਾਈ ਕਿਉਂ ਨਹੀਂ ਕੀਤੀ ਗਈ, ਇਹ ਵੱਡੇ ਸਵਾਲ ਨੇ। ਲੇਕਿਨ ਚੰਡੀਗੜ੍ਹ ਪੁਲਿਸ ਦਾ ਹਜੇ ਵੀ ਇਹ ਕਹਿਣਾ ਹੈਗਾ ਹੈ ਕਿ ਬਣਦੀ ਕਾਰਵਾਈ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਕੀਤੀ ਜਾਵੇਗੀ, ਅਤੇ ਜਨਤਾ ਤੋਂ ਬਾਅਦ ਕਾਰਵਾਈ ਕਰੇਗੀ। ਪਰ ਜੋ ਤਸਵੀਰਾਂ ਕੱਲ੍ਹ ਤੋਂ ਲਗਾਤਾਰ ਮੀਡੀਆ ਦੇ ਵਿੱਚ ਨੇ ਅੰਕੁਸ਼, ਕਿ ਉਹਨਾਂ ਦਾ ਕੋਈ ਹਵਾਲਾ ਨਹੀਂ, ਕਿ ਉਹਨਾਂ ਦੀ ਕੋਈ ਸੰਜੀਦਗੀ ਨਹੀਂ ਪੁਲਿਸ ਦੇ ਲਈ। ਜੀ ਬਿਲਕੁਲ, ਸਾਰੇ ਜਨਤਾ ਦੀ ਗੱਲ ਕਰੀਏ, ਜਗ ਜ਼ਾਹਿਰ ਹੋ ਗਈ ਹੈ, ਵੀਡੀਓ ਵਾਇਰਲ ਹੋਈ ਹੈ ਵੀਡੀਓ, ਲੇਕਿਨ ਹਜੇ ਵੀ ਇਸ ਤਰ੍ਹਾਂ ਹੋਣਾ, ਹਜੇ ਵੀ ਮਤਲਬ ਪੁਲਿਸ ਦਾ ਇਹ ਕਹਿਣਾ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਸਿੱਧੇ ਤੌਰ 'ਤੇ ਦਿਖ ਰਿਹਾ ਹੈ ਕਿ ਉਹ ਪੱਖ ਪੂਰ ਰਹੇ ਨੇ, ਕਿਤੇ ਨਾ ਕਿਤੇ ਸੈਲੀਬ੍ਰਿਟੀ ਹੋਣ ਦਾ ਜਿਹੜਾ ਫਾਇਦਾ ਦਿੱਤਾ ਜਾ ਰਿਹਾ ਹੈ ਕਰਨ ਔਜਲਾ ਨੂੰ। ਠੀਕ ਹੈ, ਧੰਨਵਾਦ ਹੈ ਸਾਰੀ ਜਾਣਕਾਰੀ ਲਈ ਅੰਕੁਸ਼। ਤੋਂ ਬਿਲਕੁਲ ਇੱਕ ਵੱਡੀ ਖਬਰ ਲਗਾਤਾਰ ਤੁਹਾਨੂੰ ਦੱਸ ਰਿਹਾ ਕਿ ਕਰਨ ਔਜਲਾ ਜਿਹੜੇ ਪੰਜਾਬੀ ਸਿੰਗਰ ਜਿਨ੍ਹਾਂ ਦੀ ਕੱਲ੍ਹ ਤਸਵੀਰਾਂ, ਇੱਕ ਵਾਰ ਫਿਰ ਤੋਂ ਤਸਵੀਰਾਂ ਵੀ ਤੁਹਾਨੂੰ ਵਿਖਾਉਂਦੇ ਹਾਂ, ਜੋ ਮੋਹਾਲੀ ਦੇ ਵਿੱਚ ਖੋਰੂ ਪਾਇਆ ਗਿਆ ਆਪਣੇ ਸਮਰਥਕ ਆਪਣੇ ਦੋਸਤਾਂ ਦੇ ਨਾਲ, ਉਹ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਲਗਭਗ 36 ਘੰਟੇ ਬਾਅਦ, ਲਗਭਗ 30 ਘੰਟੇ ਬਾਅਦ ਪੁਲਿਸ ਜਾਗਦੀ ਨਜ਼ਰ ਆ ਰਹੀ ਹੈ, ਅਤੇ ਇੱਕ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਕਰਨ ਔਜਲਾ ਨੂੰ।